ਤੈਨੂੰ ਜੋ ਸਿਰਫ ਦਿਖਾਈ ਦਿੰਦਾ ਇਸ ਦਾ ਹੀ ਪਤਾ ਹੈ, ਇਸ ਦਾ ਹੀ ਪਤਾ ਹੈ। ਪਰ ਇਹ ਜੋ ਦਿਖਾਈ ਦਿੰਦਾ ਇਹਦੇ ਜੋ ਰਮਿਆ ਹੋਇਆ ਹਿਰਦਾ ਕਹਿੰਦਾ ਮੈਨੂੰ ਉਸ ਦਾ ਵੀ ਪਤਾ ਹੈ। ਤੈਨੂੰ ਅਸਥੂਲ ਦਾ ਪਤਾ ਹੈ, ਮੈਨੂੰ ਸੂਖਸ਼ਮ ਦਾ ਵੀ ਪਤਾ ਹੈ। ਕੁਛ ਅਰਸਾ ਪਹਿਲੇ ਮੈਂ ਇੱਕ ਅਰਥ ਦੇ ਅਨਰਥ ਕਰਦਾ ਹੁੰਦਾ ਸੀ। ਭਗਤ ਕਬੀਰ ਕਹਿੰਦੇ ਨੇ ਜਦ ਮੇਰੀ ਸੁਰਤ ਸ਼ਬਦ ਨਾਲ ਜੁੜੀ, ਜਦ ਮੈਨੂੰ ਪਰਮਾਤਮਾ ਦਾ ਮਿਲਾਪ ਹੋਇਆ, ਤੋ ਸੁਰ ਨਰ ਮੁਨ ਜਨ ਕੌਤਕ ਆਏ, ਕੋਟ ਤੈਤੀਸ ਉਜਾਨਾ, ਕਹਿਤ ਕਬੀਰ ਮੋਹੇ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ। ਜਦ ਉਸ ਇੱਕ ਪੁਰਖ ਨਾਲ, ਭਗਵਾਨ ਨਾਲ ਮੇਰਾ ਜੋੜ ਜੁੜਿਆ, 33 ਕਰੋੜ ਦੇਵਤੇ ਇਸ ਕੌਤਕ ਨੂੰ ਦੇਖਣ ਵਾਸਤੇ ਆਏ। ਕਿਉਂਕਿ ਸੰਤ ਕਹਿ ਰਿਹਾ, ਇੱਕ ਭਗਤਾਂ ਦੇ ਚੋਂ ਸਿਰਮੌਰ ਭਗਤ ਕਹਿ ਰਿਹਾ, ਬੜਾ ਦਾਰਸ਼ਨਿਕ ਵੀ ਹੈ, ਪੰਡਿਤ ਵੀ ਹੈ, ਉਹ ਸੰਤ ਵੀ ਹੈ। ਦੋਵੇਂ ਗੱਲਾਂ ਇਕੱਠੀਆਂ ਹੁੰਦੀਆਂ ਨਹੀਂ, ਪਰ ਕਬੀਰ ਦੇ ਤਲ ਤੇ ਦੋਵੇਂ ਗੱਲਾਂ ਇਕੱਠੀਆਂ। ਕਬੀਰ ਕਹਿੰਦੇ ਨੇ ਸੁਰ ਨਾਰੇ ਮੁਨੇ ਜਨ ਕੌਤਕ ਆਏ, ਔਰ ਉਹਨਾਂ ਮੁਨੇ ਜਨਾਂ ਦਾ ਜ਼ਿਕਰ ਜੋ ਕਬੀਰ ਦੇ ਵਕਤ ਮੌਜੂਦ ਵੀ ਨਹੀਂ ਸਨ, ਹਜ਼ਾਰਾਂ ਸਾਲ ਪਹਿਲੇ ਹੋ ਗਏ। ਕੋਟ 33 ਉਜਾਨਾ, 33 ਕਰੋੜ ਦੇਵਤੇ ਜਿਨ੍ਹਾਂ ਕੋਲ ਬੜੀ ਉਜਾਗਰ ਮਤ ਹੈ, ਸਮਝ ਹੈ, ਸੋਝ ਹੈ, ਗਿਆਨ ਹੈ, ਉਹ ਵੀ ਮੇਰਾ ਇਹ ਕੌਤਕ ਦੇਖਣ ਲਈ ਆਏ। ਨਿਰਾ ਕੌਤਕ ਨਹੀਂ, ਫੁੱਲਾਂ ਦੀ ਵਰਖਾ ਵੀ ਕਰਦੇ ਪੈਣ, ਅਸੀਸ ਵੀ ਦਿੰਦੇ ਪੈਣ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਜਿਤਨੇ ਆਪ ਬੈਠੇ ਹੋ ਨਾ ਅਸਥੂਲ ਸਰੀਰ, ਕਮ ਸੇ ਕਮ ਇਤਨੇ ਸੂਖਸ਼ਮ ਸਰੀਰ ਵੀ ਹੋਣੇ ਚਾਹੀਦੇ। ਉਹ ਸੂਖਸ਼ਮ ਸਰੀਰ ਹੀ ਦੇਵਤੇ ਨੇ, ਦੇਵਤੇ ਨੇ। ਜੇ ਕਰੋੜਾਂ ਦੀ ਆਬਾਦੀ ਅਸਥੂਲ ਸਰੀਰ ਦੀ ਹੋ ਸਕਦੀ ਹੈ, ਤੇ ਕਬੀਰ ਉਹ ਸੂਖਸ਼ਮ ਸਰੀਰ 33 ਕਰੋੜ ਗਿਣਦੇ ਨੇ, ਤੇ ਅੱਜ ਇਹ ਅਸਥੂਲ ਸਰੀਰ 1 ਅਰਬ ਤੋਂ ਜ਼ਿਆਦਾ ਹੋ ਗਏ ਨੇ ਸਾਰੀ ਦੁਨੀਆ ਦੇ ਵਿੱਚ। ਅਰਬਾਂ ਦੀ ਤਾਦਾਦ ਵਿੱਚ ਆਬਾਦੀ ਹੋ ਗਈ ਬਹੁਤ, 1 ਅਰਬ ਤੇ ਸਾਡੇ ਦੇਸ਼ ਦੀ ਹੋ ਗਈ, ਇਸ ਤੋਂ ਵੀ ਜ਼ਿਆਦਾ, 6.25 ਅਰਬ ਸਾਰੀ ਦੁਨੀਆ ਦੀ ਆਬਾਦੀ ਮੰਨਦੇ ਨੇ। ਤੋ ਹੁਣ ਮੈਂ ਸਮਝਦਾ ਉਹ ਸੂਖਸ਼ਮ ਸਰੀਰ ਵੀ 33 ਕਰੋੜ ਵੱਧ ਗਏ ਹੋਣਗੇ, ਉਹ ਵੀ ਪਸਾਰਾ ਵੱਧ ਗਿਆ ਹੋਵੇ। ਨਿਰੇ 33 ਕਰੋੜ ਨਹੀਂ ਆਉਣਗੇ, ਦੇਵਤੇ ਜਿਨ੍ਹਾਂ ਨੂੰ ਦਿਖਾਈ ਦੇਣ ਉਹਨੂੰ ਕਹਿੰਦੇ ਨੇ ਦੇਵ ਦ੍ਰਿਸ਼ਟੀ, ਦੇਵ ਦ੍ਰਿਸ਼ਟੀ। ਇਹਦੇ ਕੋਲ ਉਹ ਦ੍ਰਿਸ਼ਟੀ ਹੈ, ਦੇਵਤਿਆਂ ਨੂੰ ਵੀ ਵੇਖ ਲੈਂਦਾ ਹੈ, ਦੇਵਤਿਆਂ ਨੂੰ ਵੀ ਵੇਖ ਲੈਂਦਾ। ਇਹਦੇ ਕੋਲ ਉਹ ਤੱਕਣੀ ਹੈ ਜਿਹਦੇ ਨਾਲ ਇਹ ਸੂਖਸ਼ਮ ਸਰੀਰਾਂ ਨੂੰ ਵੀ ਵੇਖ ਲੈਂਦਾ। ਜੈਸੇ ਮਨੁੱਖਾਂ ਦੇ ਵਿੱਚ ਕੁਝ ਭਗਵਾਨ ਵਰਗੇ ਨੇ, ਕੁਝ ਸ਼ੈਤਾਨ ਵਰਗੇ ਨੇ, ਸੂਖਸ਼ਮ ਸਰੀਰਾਂ ਦੇ ਵਿੱਚ ਵੀ ਕੁਝ ਦੇਵਤੇ ਨੇ, ਕੋਈ ਭੂਤ ਪ੍ਰੇਤ ਨੇ, ਹੋਰ ਕੀ ਨੇ, ਕੁਛ ਵੀ ਨੇ, ਗਲਤ ਨੇ। ਜਿਵੇਂ ਦੇਵਤੇ ਸਤਸੰਗ ਕਰਦੇ ਨੇ, ਚੰਗੇ ਨੇਕ ਮਨੁੱਖ ਪ੍ਰਭੂ ਦਾ ਨਾਮ ਸੁਣਦੇ ਨੇ, ਕਥਾ ਕੀਰਤਨ ਸੁਣਦੇ ਨੇ, ਜਪ ਤਪ ਕਰਦੇ ਨੇ, ਇਹ ਦੇਵਤੇ ਧਰਮ ਮੰਦਰਾਂ ਦੇ ਚਾਹੁੰਦੇ ਨੇ। ਜਿਤਨੇ ਚਿਰ ਤੱਕ ਇਹਨਾਂ ਨੂੰ ਸਥੂਲ ਸਰੀਰ ਨਾ ਮਿਲੇ, ਜਨਮ ਮਰਨ ਤੋਂ ਖਲਾਸੀ ਕੋਈ ਨਹੀਂ, ਭਟਕਣਾ ਬਣੀ ਰਹੇਗੀ, ਬਣੀ ਰਹੇਗੀ।
ਇਹਨਾਂ ਦੇ ਜਨਮ ਦੇ ਵਿੱਚ ਦੇਰੀ ਕਿਉਂ ਹੋ ਜਾਂਦੀ ਹੈ? ਮੈਂ ਫਿਰ ਅਰਜ਼ ਕਰਦੇ ਹਾਂ, ਜਿਹੜਾ ਹੈ ਦੇਵਤਾ ਤੂੰ ਐਸੇ ਨੂੰ ਜਨਮ ਲੈਣ ਵਾਸਤੇ ਮਾਂ ਚਾਹੀਦੀ, ਐਸੀ ਜਿਹੜੀ ਦੇਵੀ ਹੋਵੇ, ਦੇਵੀ ਹੋਵੇ। ਅਗਰ ਮਾਂ ਦੇਵੀ ਨਹੀਂ ਹੈ ਤਾਂ ਇਸ ਦੇਵਤੇ ਦਾ ਆਉਣਾ ਔਖਾ ਹੈ, ਔਖਾ ਹੈ। ਮਾਂ ਡਾਇਣ ਹੈ ਤੋ ਭੂਤਾਂ ਪ੍ਰੇਣਾ ਪ੍ਰੇਤਾਂ ਦਾ ਆਵਣਾ ਸੌਖਾ ਹੋ ਜਾਏਗਾ। ਮਾਂ ਦੇਵੀ ਹੋਵੇ ਤਾਂ ਫਿਰ ਦੇਵਤਿਆਂ ਦਾ ਆਵਣਾ ਸੰਸਾਰ ਤੇ ਸੌਖਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਮਾਤਾਵਾਂ ਦੇਵੀਆਂ ਨਹੀਂ ਰਹੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ, ਮੈਂ ਗ੍ਰਸਤੀ ਹਾਂ, ਐਵੇਂ ਕੋਈ ਕੌੜੀ ਗੱਲ ਕਹਿਣਾ ਨਹੀਂ ਚਾਹੁੰਦਾ, ਸਤਿਗੁਰੂ ਨੇ ਜੋ ਲਿਖਿਆ ਮੈਂ ਕਹਿ ਦਿਆਂ। ਮਹਾਰਾਜ ਕਹਿੰਦੇ ਨੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਇਹ ਕਲਯੁਗ ਦੇ ਜਿਹੜੇ ਪੈਦਾ ਹੋ ਰਹੇ ਨੇ, ਜਿਨ ਬਹੁਤ ਪੈਦਾ ਹੋ ਰਹੇ, ਮਾਵਾਂ ਠੀਕ ਨਹੀਂ ਨੇ, ਠੀਕ ਨਹੀਂ। ਇਹ ਪਹਿਲੇ ਪਾਤਸ਼ਾਹ ਜੀ ਦੀ ਰਚਨਾ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਨਾ ਹੈ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਪੁੱਤ ਤੇ ਜਿਨ ਭੂਤ ਹੈ, ਧੀਆਂ ਵੀ ਜਿਨ ਭੂਤ ਨੇ। ਪੁੱਤ ਤੇ ਬੈੜੇ ਹਨ, ਧੀਆਂ ਵੀ ਬੈੜੀਆਂ। ਇੰਜ ਭੂਤ ਪੈਦਾ ਹੋ ਰਹੇ ਨੇ, ਇਸ ਤੋਂ ਮਤਲਬ ਇਹ ਮਾਤਾਵਾਂ ਠੀਕ ਨਹੀਂ ਰਹੀਆਂ, ਗੁਸਤਾਖੀ ਵਾਂ ਠੀਕ ਨਹੀਂ ਰਹੀਆਂ। ਇਹਨੂੰ ਵੀ ਖੋਲਦੇ ਨੇ ਗੁਰੂ ਨਾਨਕ। ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ, ਸਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰਨਾ ਸੱਚਾ ਬਾਲ। ਰੰਨਾ ਬੋਧੀਆਂ ਚੰਚਲ ਹੋ ਗਈਆਂ, ਇਤਨੀਆਂ ਸਰੀਰ ਦੀ ਨੁਮਾਇਸ਼ ਕਰਨੀਆਂ ਚਾਹੁੰਦੀਆਂ ਨੇ। ਯੂਰਪ ਤੇ ਕਰੀਬਨ ਕਰੀਬਨ ਇੰਜ ਕਹਿ ਲਓ 80% ਨਗਨ ਹੋ ਚੁੱਕੇ ਹੈ, ਨਗਨ ਔਰਤਾਂ ਗੁੰਮ ਰਹੀਆਂ। ਪੁਰਸ਼ ਹੋਏ ਸਯਾਦ, ਤੇ ਸਯਾਦ ਲਫ਼ਜ਼ ਫਾਰਸੀ ਦਾ, ਸ਼ਿਕਾਰੀ ਨੂੰ ਕਹਿੰਦੇ, ਪੁਰਸ਼ ਸ਼ਿਕਾਰੀ ਬਣੇ ਫਿਰਦੇ, ਦੇਖਣਾ ਚਾਹੁੰਦੇ ਤੇ ਇਸਤਰੀਆਂ ਨਗਨਤਾ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੀਆਂ, ਕਰ ਰਹੀਆਂ, ਕਰ ਰਹੀਆਂ। ਪੱਛਮ ਦੀ ਨਕਲ ਤੇ ਭਾਰਤ ਵੀ ਚੱਲ ਰਿਹਾ, ਇੱਥੇ ਵੀ ਸਹਿਜੇ ਸਹਿਜੇ ਐਸਾ ਹੁੰਦਾ ਜਾ ਰਿਹਾ, ਆਉਂਦਾ ਜਾ ਰਿਹਾ। ਯੂਰਪ ਤੇ ਨਗਨ ਹੋ ਚੁੱਕੇ, ਪੁਰਸ਼ ਸ਼ਿਕਾਰੀ ਬਣ ਗਏ, ਜੋ ਕੁਛ ਗੁਰੂ ਨਾਨਕ ਨੇ ਆਖਿਆ। ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਬਾਲ। ਐਸੀਆਂ ਮਾਵਾਂ ਹੋਣਗੀਆਂ ਤਾਂ ਫਿਰ ਬਹੁਤ ਪ੍ਰੇਤਾਂ ਦਾ ਹੀ ਜਨਮ ਹੋਣਾ ਹੈ, ਔਰ ਕੀ ਹੈ। ਫਿਰ ਦੇਵਤੇ ਜਨਮ ਲੈਣ ਨੂੰ ਤਰਸਣਗੇ। ਕਬੀਰ ਕਹਿ ਵੀ ਰਹੇ ਨੇ, ਇਸ ਦੇਹੀ ਕੋ ਸਿਮਰੇ ਦੇ, ਦਿਨ ਰਾਤ ਦੇਵਤੇ ਚਿਤਦੇ ਪਏ ਨੇ ਵੀ ਕਿਸੇ ਤਰੀਕੇ ਨਾਲ ਸਾਡਾ ਜਨਮ ਹੋਵੇ, ਇਹ ਸਰੀਰ ਸਾਨੂੰ ਮਿਲੇ। ਬੜੇ ਧਿਆਨ ਨਾਲ ਤਿੰਨ ਨੁਕਤੇ ਹੋਰ ਸੁਣ ਲੈਣਾ। ਪਸ਼ੂ ਕੋਲ ਤਨ ਤੇ ਹੈ, ਵਿਕਸਿਤ ਮਨ ਨਹੀਂ ਹੈ।
ਦੇਵਤੇ ਕੋਲ ਵਿਕਾਸਸ਼ੀਲ ਮਨ ਤੇ ਹੈ, ਤਨ ਨਹੀਂ ਹੈ। ਮਨੁੱਖ ਕੋਲ ਤਨ ਵੀ ਹੈ ਤੇ ਮਨ ਵੀ ਹੈ। ਪਸ਼ੂ ਨੂੰ ਮੁਕਤ ਹੋਣਾ ਮਨੁੱਖ ਬਣਨਾ ਪਏਗਾ, ਦੇਵਤੇ ਨੂੰ ਮੁਕਤ ਹੋਣਾ ਮਨੁੱਖ ਬਣਨਾ ਪਏਗਾ। ਮਨੁੱਖ ਤੋਂ ਵੱਡਾ ਕੋਈ ਵੀ ਨਹੀਂ ਹੈ। ਇਹ ਮੈਂ ਅਰਜ਼ ਕਰਦਾ ਭਾਈ ਪ੍ਰਭਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਵਾਰੀ ਪਸ਼ੂਆਂ ਕੋਲ ਨਹੀਂ ਹੈ ਇਸ ਜਨਮ ਦੇ ਵਿੱਚ, ਇਹ ਵਾਰੀ ਦੇਵਤਿਆਂ ਕੋਲ ਵੀ ਨਹੀਂ ਹੈ, ਉਹਨਾਂ ਨੂੰ ਮਨੁੱਖ ਬਣਨਾ ਪਏਗਾ। ਇਹ ਵਾਰੀ ਪਸ਼ੂਆਂ ਕੋਲ ਵੀ ਨਹੀਂ ਹੈ, ਮਨੁੱਖ ਬਣਨਾ ਪਏਗਾ।